ਬਾਈ ਅਮਰ ਸਿੰਘ ਚਮਕੀਲਾ ਦੀ ਬਾਇਓਗ੍ਰਾਫੀ ਦੇ ਵਿੱਚ ਬਾਈ ਚਮਕੀਲਾ ਦੀ ਭੂਮਿਕਾ ਨਿਭਾ ਰਹੇ ਦਲਜੀਤ ਦਸਾਂਝ ਨੇ ਇੱਕ ਪੋਡਕਾਸਟਿੰਗ ਦੌਰਾਨ ਦੱਸਿਆ ਕਿ ਚਮਕੀਲਾ ਮੂਵੀ ਦੀ ਸ਼ੂਟਿੰਗ ਦੌਰਾਨ ਉਹਨਾਂ ਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਐਕਚੁਅਲ ਦੇ ਵਿੱਚ ਉਹ ਚਮਕੀਲਾ ਹੀ ਹੋਣ, ਕਿਉਂਕਿ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਇਸ ਰੋਲ ਨੂੰ ਨਿਭਾਇਆ। ਉਹਨਾਂ ਨੇ ਦੱਸਿਆ ਕਿ ਜਦੋਂ ਪਿੰਡ ਮਹਿਸੋਂਪੁਰ ਦੇ ਵਿੱਚ ਗੋਲੀ ਵਾਲੇ ਸੀਨ ਦੀ ਸ਼ੂਟਿੰਗ ਹੋ ਰਹੀ ਸੀ, ਕਿਉਂਕਿ ਇਮਤਿਆਜ਼ ਅਲੀ ਅਤੇ ਉਹਨਾਂ ਦੀ ਟੀਮ ਵੱਲੋਂ ਪਿੰਡ ਮਹਿਸੋਂਪੁਰ ਦੇ ਵਿੱਚ ਹੀ ਉਹ ਸ਼ੂਟ ਕੀਤਾ ਗਿਆ, ਕਿਉਂਕਿ ਬਾਈ ਅਮਰ ਸਿੰਘ ਚਮਕੀਲਾ ਨੂੰ 8 ਮਾਰਚ 1988 ਨੂੰ ਮਹਿਸੋਂਪੁਰ ਵਿਖੇ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ। ਜਦੋਂ ਇਸ ਸੀਨ ਦੌਰਾਨ ਦਲਜੀਤ ਦਸਾਂਝ ਡਿੱਗਦੇ ਆ ਥੱਲੇ ਅਤੇ ਤੂੰਬੀ ਦੀ ਤਾਰ ਟੁੱਟ ਕੇ ਉਹਨਾਂ ਦੇ ਹੱਥ ਵਿੱਚ ਲੱਗਦੀ ਆ ਅਤੇ ਬਲੱਡ ਨਿਕਲਦਾ ਦਲਜੀਤ ਦਸਾਂਝ ਦੇ ਹੱਥ ਦੇ ਵਿੱਚੋਂ, ਤਾਂ ਇੱਕਦਮ ਦਲਜੀਤ ਦਸਾਂਝ ਦੇ ਦਿਮਾਗ ਦੇ ਵਿੱਚ 8 ਮਾਰਚ 1988 ਵਾਲਾ ਬਾਈ ਅਮਰ ਸਿੰਘ ਚਮਕੀਲੇ ਦਾ ਉਹ ਸਾਰਾ ਸੀਨ ਘੁੰਮਣ ਲੱਗ ਜਾਂਦਾ ਕਿ ਕਿਵੇਂ ਸਾਰੀ ਇਹ ਘਟਨਾ ਵਾਪਰੀ ਸੀ ਉਸ ਦਿਨ ਜਦੋਂ ਉਹ ਕਲਾਕਾਰ ਉਹ ਅਮਰ ਜੋੜੀ ਇਸ ਦੁਨੀਆ ਤੋਂ ਸਦਾ ਲਈ ਰੁਖਸਤ ਹੋ ਜਾਂਦੀ ਹੈ। ਆਹ ਦੇਖੋ, ਇਹ ਉਹ ਟਰਾਲੀ ਆ ਜਿੱਥੇ ਜਿਹੜੇ ਆ ਸਰੋਤੇ ਖੜ੍ਹੇ ਸੀਗੇ। ਫਿਲਮ ਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਜਦੋਂ ਗੋਲੀ ਚੱਲਦੀ ਆ ਫਿਰ ਖੇਤਾਂ ਦੇ ਵਿੱਚ ਇੱਧਰ ਭੱਜਦੇ ਆ, ਦੂਰ ਦੂਰ ਤੱਕ ਲੋਕਾਂ ਨੂੰ ਭੱਜਦਿਆਂ ਨੂੰ ਜਿਹੜਾ ਦਿਖਾਇਆ ਜਾਂਦਾ। ਬਿਲਕੁਲ ਇਸ ਜਗ੍ਹਾ ਦੇ ਉੱਤੇ ਜਿੱਥੇ ਮੈਂ ਖੜ੍ਹਾ ਹਾਂ, ਇੱਥੇ ਆ ਕੇ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੀ ਜਿਹੜੀ ਗੱਡੀ ਆ ਕਿੱਥੇ ਜਾ ਕੇ ਰੁਕਦੀ ਆ, ਦਲਜੀਤ ਦਸਾਂਝ ਅਤੇ ਪਰਨੀਤੀ ਚੋਪੜਾ, ਬਿਲਕੁਲ ਇਸੇ ਜਗ੍ਹਾ 'ਤੇ ਜਿੱਥੇ ਤੁਸੀਂ ਦੇਖ ਰਹੇ ਹਾਂ, ਇਸੇ ਜਗ੍ਹਾ 'ਤੇ ਆ ਕੇ ਉਹਨਾਂ ਦੀ ਅੰਬੈਸਡਰ ਗੱਡੀ 1786 ਇੱਥੇ ਜਾ ਕੇ ਰੁਕਦੀ ਆ। ਤੁਸੀਂ ਫਿਲਮ ਦੇ ਵਿੱਚ ਵੀ ਦੇਖੋਗੇ, ਕਿਉਂਕਿ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਇਸੇ ਜਗ੍ਹਾ 'ਤੇ ਆ ਕੇ ਜਦੋਂ ਰੁਕੇ ਸੀ, ਜਦੋਂ ਉਹਨਾਂ ਦੇ ਸਾਥੀ ਜਿਹੜੇ ਸਾਜੀ ਆ ਉਹਨਾਂ ਨੇ ਜਿਉਂ ਹੀ ਜਿਹੜਾ ਸਮਾਨ ਢੋਲਕੀਆਂ ਅਤੇ ਬਾਜਾ ਜਿਹੜਾ ਆਪਣੀ ਗੱਡੀ ਦੀ ਡਿੱਗੀ 'ਚੋਂ ਬਾਹਰ ਕੱਢਿਆ, ਤਾਂ ਉਸੇ ਵਕਤ ਉਹਨਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਇਸ ਫਨੀ ਸੰਸਾਰ ਤੋਂ ਸਦਾ ਦੇ ਲਈ ਅਲਵਿਦਾ ਕਰ ਜਾਂਦੇ ਆ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰ। ਸਾਹਮਣੇ ਦੇਖ ਰਹੇ ਤੁਸੀਂ ਜਿੰਦਾ ਲੱਗਾ ਆ, ਇਹੀ ਉਹ ਘਰ ਸੀਗਾ ਜਿੱਥੇ ਵਿਆਹ ਦਾ ਪ੍ਰੋਗਰਾਮ ਸੀ ਅਤੇ ਜਿਹੜੀ ਇਮਤਿਆਜ਼ ਅਲੀ ਵੱਲੋਂ ਬਾਈ ਅਮਰ ਸਿੰਘ ਚਮਕੀਲੇ 'ਤੇ ਮੂਵੀ ਬਣਾਈ ਜਾ ਰਹੀ ਆ ਚਮਕੀਲਾ, ਉਹਦੀ ਵੀ ਸ਼ੂਟਿੰਗ ਇਸੇ ਘਰ ਦੇ ਵਿੱਚ ਹੋਈ ਸੀ, ਕਿਉਂਕਿ ਜਿਹੜਾ ਬਾਈ ਚਮਕੀਲੇ ਦੀ ਡੈਥ ਦੇ ਆਖਰੀ ਸੀਨ ਹੈ ਉਹ ਬਿਲਕੁਲ ਇਸੇ ਹੀ ਘਰ ਦੇ ਵਿੱਚ ਫਿਲਮਾਏ ਗਏ। ਇਸੇ ਜਗ੍ਹਾ 'ਤੇ ਸਟੇਜ ਲੱਗੀ ਸੀ ਜਦੋਂ ਅੰਤਿਮ ਸਮੇਂ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨੇ ਆਪਣੀ ਜ਼ਿੰਦਗੀ ਦਾ ਆਖਰੀ ਪ੍ਰੋਗਰਾਮ ਪੇਸ਼ ਕਰਨਾ ਸੀ ਅਤੇ ਜਿਹੜੀ ਇਮਤਿਆਜ਼ ਅਲੀ ਵੱਲੋਂ ਫਿਲਮ ਡਾਇਰੈਕਟ ਕੀਤੀ ਜਾ ਰਹੀ ਆ ਅਮਰ ਸਿੰਘ ਚਮਕੀਲਾ, ਉਹਦੀ ਸਟੇਜ ਵੀ ਬਿਲਕੁਲ ਇਮਤਿਆਜ਼ ਅਲੀ ਵੱਲੋਂ ਇਸੇ ਜਗ੍ਹਾ 'ਤੇ ਸਟੇਜ ਲਾਈ ਗਈ ਸੀ। ਅੰਦਰ ਹਲਵਾਈ ਲੱਗੇ ਸੀ, ਇੱਧਰ ਟਰੋਲੀਆਂ ਖੜੀਆਂ ਸੀਗੀਆਂ ਵੱਡੀ ਗਿਣਤੀ ਦੇ ਵਿੱਚ, ਜਿਹੜੀ ਗੈਦਰਿੰਗ ਸੀ ਲੋਕਾਂ ਦੀ ਉਹ ਵੀ ਜਿਹੜਾ ਸਾਰਾ ਸ਼ੂਟ ਆ ਇਸੇ ਜਗ੍ਹਾ 'ਤੇ ਕੀਤਾ ਗਿਆ। ਲਓ ਵੀ ਦੋਸਤੋ, ਹੁਣ ਮੈਂ ਜਿਹੜੀ ਜਗ੍ਹਾ 'ਤੇ ਖੜ੍ਹਾ ਹਾਂ ਇਹ ਹੀ ਉਹ ਪੁਆਇੰਟ ਸੀਗਾ ਜਿੱਥੇ 8 ਮਾਰਚ 1988 ਨੂੰ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਆਪਣੇ ਜ਼ਿੰਦਗੀ ਦਾ ਆਖਰੀ ਪ੍ਰੋਗਰਾਮ ਪੇਸ਼ ਕਰਨ ਦੇ ਲਈ ਪਹੁੰਚੇ ਸੀ। ਅਸ ਪਿੱਛੇ ਜਿਹੜਾ ਮੇਰੇ ਤੁਸੀਂ ਘਰ ਦੇਖ ਰਹੇ ਹਾਂ ਇਸੇ ਹੀ ਘਰ ਦੇ ਵਿੱਚ ਜਿਹੜਾ ਵਿਆਹ ਵਾਲਾ ਪ੍ਰੋਗਰਾਮ ਸੀਗਾ, ਅਤੇ ਬਿਲਕੁਲ ਜਿੱਥੇ ਮੈਂ ਖੜ੍ਹਾ ਹਾਂ ਇਸੇ ਜਗ੍ਹਾ 'ਤੇ ਆ ਕੇ 8 ਮਾਰਚ 1988 ਨੂੰ ਬਾਈ ਅਮਰ ਸਿੰਘ ਚਮਕੀਲਾ ਦੀ ਗੱਡੀ ਬਿਲਕੁਲ ਇਸੇ ਜਗ੍ਹਾ ਰੁਕਦੀ ਆ। ਆਹ ਸਾਹਮਣੇ ਜਿਹੜਾ ਰੋਡ ਦੇਖ ਰਹੇ ਹਾਂ ਇਹ ਪਿੰਡ ਮਠੱਡਿਆਂ ਤੋਂ ਮਹਿਸੋਂਪੁਰ ਨੂੰ ਆਉਣ ਵਾਲਾ ਰਸਤਾ ਆ ਜਿੱਥੇ ਬਿਲਕੁਲ ਸਨਾਟਾ ਸੀ 8 ਮਾਰਚ 1988 ਨੂੰ। ਸੋ ਇਸ ਜਗ੍ਹਾ ਤੋਂ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੀ ਗੱਡੀ ਆਉਂਦੀ ਆ ਅਤੇ ਜਿੱਥੇ ਮੈਂ ਖੜ੍ਹਾ ਹਾਂ ਬਿਲਕੁਲ ਇਸੇ ਜਗ੍ਹਾ 'ਤੇ ਜਦੋਂ ਗੱਡੀ ਆ ਕੇ ਰੁਕਦੀ ਆ, ਬਾਈ ਅਮਰ ਸਿੰਘ ਚਮਕੀਲਾ ਦੇ ਸਾਜੀ ਜਦੋਂ ਗੱਡੀ ਦੇ ਵਿੱਚੋਂ ਸਾਜ ਬਾਹਰ ਕੱਢਦੇ ਆ, ਉਸੇ ਵਕਤ ਕੁਝ ਅਣਪਛਾਤੇ ਜਿਹੜੇ ਲੋਕ ਆ ਉਹ ਬਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨੂੰ ਗੋਲੀਆਂ ਮਾਰ ਕੇ ਬਿਲਕੁਲ ਇਸੇ ਜਗ੍ਹਾ ਦੇ ਉੱਤੇ ਢੇਰ ਕਰ ਦਿੰਦੇ ਆ। ਸੋ ਇਸੇ ਹੀ ਰਾਸਤੇ ਦੇ ਉੱਤੋਂ ਜਿਹੜਾ ਆਖਰੀ ਵਾਰੀ ਗੱਡੀ ਆਈ ਸੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ। ਇੱਕ ਓਂਕਾਰ ਦਾ ਨਾਮ ਹੈ ਰੈਣਾ, ਇੱਕ ਓਂਕਾਰ ਦਾ ਨਾਮ ਹੈ ਰੈਣਾ, ਭਲਿਆ ਲੋਕਾ ਤੈ ਵੀ ਨਹੀਂ ਰਹਿਣਾ, ਬਾਰੋ ਬਾਰੀ ਜਾਣਾ ਪੈਣਾ, ਬਾਰੋ ਬਾਰੀ ਜਾਣਾ ਪੈਣਾ, ਪਰੀਆਂ ਛੱਡ ਕੇ ਬੇੜੀਆਂ ਪਾਣੀ ਦਿਆ, ਪਾਣੀ ਦਿਆ, ਪਾਣੀ ਦਿਆ,
ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਪਾਣੀ ਦਿਆ, ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ।